हे फ्रेंड्स वेलकम टू एनटीए ਨੈਟ एग्जाम ਮੈਂ ਚੈਨਲ ਮੈਂ ਖਾਸ ਤੌਰ ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਹੈ ਜੋ एनटीए एग्जाम ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੀ एग्जाम ਦੀ ਤਿਆਰੀ ਕਰ ਸਕਦੇ ਨੇ ਤੇ ਇੱਥੇ ਮੈਂ ਤੁਹਾਨੂੰ ਡਿਫਰੈਂਟ ਟਾਈਪ ਦੇ ਜਿਹੜੇ ਵੀਡੀਓ ਹੈਗੇ ਆ ਉਹ ਅਪਲੋਡ ਕਰਵਾ ਰਹੇ ਹਾਂ ਸੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਨਾਲ ਦੇ ਨਾਲ ਤੁਸੀਂ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਇਸ ਦੇ ਨਾਲ ਨਾਲ ਫੀਡਬੈਕ ਵੀ ਦਿਆ ਕਰੋ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਵੀ ਐਂਡ ਤੁਸੀਂ ਮੈਨੂੰ ਅਨ ਅਕੈਡਮੀ ਤੇ ਜਾ ਕੇ ਵੀ ਫੋਲੋ ਕਰ ਸਕਦੇ ਹੋ ਅਨ ਅਕੈਡਮੀ ਦੀ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ ਅੱਜ ਅਸੀਂ ਜੋ ਟੌਪਿਕ ਕਰਨ ਜਾ ਰਹੇ ਹਾਂ ਛੋਟਾ ਜਿਹਾ ਟੌਪਿਕ ਹੈ ਰਵਾ ਕਮ ਸਕਾ ਮ 2-3 ਮਿੰਟ ਦਾ ਹੀ ਹੈ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਜੋ ਪੰਜਾਬੀ ਸਾਹਿਤਕ ਰਸਾਲੇ ਆ ਉਹਨਾਂ ਦੀ ਸੂਚੀ ਜਿਹੜੀ ਹੈਗੀ ਉਹ ਤੁਹਾਨੂੰ ਦਵਾਂਗੀ ਜੋ ਕਿ ਕਈ ਵਾਰ ਪੁੱਛੇ ਵੀ ਜਾਂਦੇ ਨੇ ਸੋ ਸ਼ੁਰੂਆਤ ਕਰਦੇ ਆ ਲੈਸਨ ਦੀ ਸਭ ਤੋਂ ਪਹਿਲਾਂ ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ ਫਸਟ ਇੱਕ ਅਸਰ ਕੋ ਪ੍ਰੀਤਮ ਰਸਾਲਾ 1923 ਦੇ ਵਿੱਚ ਜਿਹੜਾ ਆਇਆ ਸੀ ਫਿਰ ਉਸ ਤੋਂ ਬਾਅਦ ਹੈਗਾ ਫੁੱਲਵਾੜੀ ਰਸਾਲਾ 1924 ਦੇ ਵਿੱਚ ਬਸੰਤ ਰਸਾਲਾ 1928 ਦੇ ਵਿੱਚ ਮੋਤੀਆ ਰਸਾਲਾ 1928 ਦੇ ਵਿੱਚ ਹੰਸ ਰਸਾਲਾ 1929 ਦੇ ਵਿੱਚ ਚੰਨ ਰਸਾਲਾ 1931 ਪ੍ਰਭਾਤ ਰਸਾਲਾ ਇਹ ਵੀ 1931 ਉਸ ਤੋਂ ਬਾਅਦ ਕਵੀ ਰਸਾਲਾ 1931 ਦੇ ਵਿੱਚ ਬਾਲਕ ਇਹ ਵੀ 1932 ਦੇ ਵਿੱਚ ਪੰਜਾਬੀ ਮੰਚ 1933 ਦੇ ਵਿੱਚ ਪ੍ਰੀਤ ਲੜੀ 1933 ਦੇ ਵਿੱਚ ਨਵੀਂ ਦੁਨੀਆ 1938 ਦੇ ਵਿੱਚ ਕੋਮਲ ਸੰਸਾਰ 1938 ਦੇ ਵਿੱਚ ਪੰਜ ਦਰਿਆ 1939 ਦੇ ਵਿੱਚ ਕਵਲ 1940 ਦੇ ਵਿੱਚ ਬਾਲ ਸੰਦੇਸ਼ 1940 ਦੇ ਵਿੱਚ ਉਸ ਤੋਂ ਬਾਅਦ ਹੈ ਗਵਰ ਜੀਵਨ ਪ੍ਰੀਤੀ 1941 ਦੇ ਵਿੱਚ ਤੇ ਪੰਜਾਬੀ ਸਾਹਿਤ ਰਸਾਲਾ ਜਿਹੜਾ ਹੈਗਾ 1942 ਦੇ ਵਿੱਚ ਉਸ ਤੋਂ ਬਾਅਦ ਸਾਡਾ ਨੈਕਸਟ ਹੈਗਾ ਸਾਡੀ ਕਹਾਣੀ ਰਸਾਲਾ 1946 ਦੇ ਵਿੱਚ ਹਿਤਕਾਰੀ 1947 ਦੇ ਵਿੱਚ ਜੀਵਨ ਸਾਹਿਤ ਸਮਾਚਾਰ ਆਰਸੀ 1958 ਦੇ ਵਿੱਚ ਨਕਮਣੀ 1966 ਦੇ ਵਿੱਚ ਕਹਾਣੀ ਪੰਜਾਬ ਤ੍ਰੈਮਾਸਿਕ ਹੈ ਗਵਾ ਹੁਣ ਇੱਕ ਚੌਮਾਸਿਕ ਹੈ ਸਿਰਜਣਾ ਇਹ ਵੀ ਤ੍ਰੈਮਾਸਿਕ ਹੈ ਉਸ ਤੋਂ ਬਾਅਦ ਹੈ ਗਵਾ ਪ੍ਰਤੀਮਾਨ ਰਸਾਲਾ ਮੇਗਲਾ ਅੰਮ੍ਰਿਤ ਕੀਰਤਨ ਅਦਬੀ ਸਾਂਝ ਪ੍ਰਵਚਨ ਸਮਾਦਰਸ਼ੀ ਲਕੀਰ ਕਵਿਤਾ ਮਾਸਿਕ ਰਸਾਲਾ ਹੈ ਤੇ ਕੁਕਾ 12 ਇਹ ਵੀ ਰਸਾਲਾ ਉਸ ਤੋਂ ਬਾਅਦ ਹੈ ਗਵਾ ਜਨ ਸਾਹਿਤ ਪੰਜਾਬੀ ਦੁਨੀਆ ਸ਼ਬਦ ਬੂੰਦ ਹੈ ਇਹ ਜਿਹੜਾ ਹੈ ਗਵਾ ਇਹ ਕੀ ਆ ਮੈਗਜ਼ੀਨ ਉਸ ਤੋਂ ਬਾਅਦ ਹੈ ਗਵਾ 21 ਤੇ ਲਹਿਰਾ ਸੋ ਐਸੀ ਛੋਟਾ ਜਿਹਾ ਟੌਪਿਕ ਬਾਕੀ ਤੁਸੀਂ ਨੈਕਸਟ ਵੀਡੀਓ ਚ ਦੇਖਦੇ ਰਹੋ ਐਂਡ ਤੁਸੀਂ ਅਨ ਅਕੈਡਮੀ ਤੇ ਜਾ ਕੇ ਵੀ ਮੈਨੂੰ ਫੋਲੋ ਜ਼ਰੂਰ ਕਰੋ ਥੈਂਕ ਯੂ